बरनाला जेल दे विच बंद एक हवालाती दे वलों पुलिस दे उपर कुटमार किए जाने दे इल्जाम लगाए गए ने। यह हवालाती हस्पताल दे विच जेरे इलाज है, जिसका इल्जाम है कि पिछले एक साल तो जेल दे विच बंद है, जिथे नजायज तौर के उपर पुलिस मुलाजमान दे वलों उसकी कुटमार की गई है, बेरहमी दे नाल उसनु कुटिया गया है। हवालाती का इल्जाम है कि उसने जेल दे विच आउण वाले नशे की शिकायत जेल अधिकारियों नूं कीती सी, जिस दे बाद उसदे नाल कुटमार की गई है, ते हुण उसनूं इंसाफ चाहिए। ਅੱਜ ਮੇਰੇ ਤੋਂ ਹੀ ਕਿਤੇ ਸੱਤ ਨੰਬਰ ਡੋਰ ਵਿੱਚ ਜੋ ਰਾਤ ਫੁਰੀ ਗਈ ਸੀ ਤੇ ਮੈਂ ਬਗ ਗਿਆ ਸੀਗਾ ਜੀ, ਤੇ ਮੈਨੂੰ ਬੁਲਾਇਆ ਉਹਨਾਂ ਨੂੰ ਬੋਕ ਦਿੱਤੇ ਹਨ, ਚੱਕਰ ਹੋਦਾ ਕਹਿੰਦਾ ਮੈਨੂੰ ਪੈਸੇ ਤੇ ਤਾਂ ਤੈਨੂੰ ਛੱਡਣ ਲਈ। ਮੈਂ ਉਹਨੂੰ ਕੁਛ ਕਿਹਾ ਜੀ, ਜਕਸੀ ਦੇ ਤੇ ਚੱਕਰ ਹੋਣਾ ਨੇ ਸਿਰ ਚੱਪਲਾਂ ਦਾ ਜਿਹਾ ਇੱਥੇ ਲੱਤ ਵਾਲੀ ਚੱਟਿਆ ਜੀ, ਤੇ ਮੈਨੂੰ ਕਹਿੰਦੇ ਜੀ ਮੈਂ ਤੇ ਕਰਾਵੇ ਕਰਾ ਕੇ ਗਾਲੀ ਗਲੋਚ ਕੀਤਾ ਜੀ। ਮੈਂ ਕੁਛ ਵੀ ਕੋਈ ਵੀ ਜੇਲ੍ਹ 'ਚ ਪੁੱਛੋ ਜੀ, ਮੈਂ ਤਾਂ ਪੱਟੀ 'ਤੇ ਲੱਗਿਆ ਹੋਇਆ ਜੀ, ਪੱਟੀ 'ਤੇ ਦਾਲ ਲੈ ਕੇ ਕੋਲੀ ਰੋਟੀ ਖਾਂਦਾ ਸਾ ਜੀ। ਗਰੀਬ ਪਰਿਵਾਰ ਤੋਂ ਆਈ, ਦੋ ਬੱਚੇ ਆਈ ਮੇਰੇ, ਬਹੁਤ ਕੁੱਟਿਆ ਸਰ ਮੇਰੇ ਕੋਲ। ਕੌਣ ਸੀ ਕੁੱਟਣ ਵਾਲੇ? ਪੱਟਲ ਤੇ ਜਗਸੀਰ ਸੀਗੇ ਜੀ। ਕੌਣ ਹੈ ਪੱਟਲ ਤੇ ਜਗਸੀਰ? ਇਹ ਚੱਕਰ ਹੋਲਦਾਰ ਆ ਸਾਹਿਬ ਜੀ, ਪਹਿਲਾਂ ਇਹ ਜਦੋਂ ਜਦ ਦਾ ਸਪਲਾਈ ਕਰਦਾ ਸੀ ਜੇਲ੍ਹ ਦੇ ਵਿੱਚ ਜੀ, ਇਹ ਫਿਰ ਬਾਹਰ ਕੱਟਤਾ ਗਿਆ ਸੀਗਾ ਜੀ, ਤੇ ਫਿਰ ਦੁਬਾਰਾ ਫਿਰ ਦੂਜੇ ਹੌਲਦਾਰ ਡਿਊਟੀ ਤੇ ਛੁੱਟੀ 'ਚ ਗਏ ਸੀਗੇ, ਉਹਨੂੰ ਲਾਤਾ ਸੀਗਾ ਜੀ। ਤੇ ਇੱਕ ਬੜਾ ਮੇਰਾ ਬੰਦਾ ਜੀ ਜਾਂਦਾ ਵੇਚਦਾ ਜੇਲ੍ਹ ਦੇ ਅੰਦਰ, ਤੇ ਇਹਦੇ ਮੋਬਾਈਲ ਨੇ ਦੱਸਤਾ ਤਾਂ ਕਰਕੇ। ਹਾਂਜੀ ਸਰ, ਇਹਦੇ ਮੋਬਾਈਲ ਨੰਬਰ ਵੀ ਹੈਗੇ ਨੇ ਜੀ, ਜਦੋਂ ਗੂਗਲ ਪੇ ਫੋਨ ਪੇ ਕਰਵਾਉਂਦਾ ਸੀ ਪੈਸੇ ਜੀ, ਤਾਂ ਕਰਕੇ ਜੀ ਮੈਨੂੰ ਬਹੁਤ ਕੁੱਟਿਆ ਜੀ, ਬਹੁਤ ਕੁੱਟਿਆ ਮੇਰੇ ਦੱਤਾਂ ਦੇ ਲੱਤ ਵਾਜੀ। ਮੈਨੂੰ ਕਹਿੰਦਾ ਤੂੰ ਪੈ ਟੁੱਟਾ ਜੀ ਚਾ ਇਹ ਆ ਬੋਆ, ਮੇਰੇ ਤੇ ਦੁਜਾਜ ਬੱਚਾ ਪਾਇਆ ਮੈਂ ਜਿੱਦਾਂ ਉਹ ਸਾਲ ਹੋ ਗਿਆ ਮੈਨੂੰ ਅੰਦਰ ਬੈਠੇ ਨੂੰ, ਸਵੇਰੇ ਸਹੀ 8 ਵਜੇ ਕੱਢਦਾ ਜੀ, ਮੈਂ ਸੁੱਤਾ ਪਿਆ ਸੀਗਾ ਅੱਜ, ਮੈਨੂੰ ਠਾ ਕੇ ਲੈ ਕੇ ਗਏ ਤੇ ਜੀ ਬੁਲਾਇਆ ਸਰ ਉਹਦੀ ਅੱਜ ਡਿਊਟੀ, ਕੱਲ ਡਿਊਟੀ ਤੇ ਅੱਜ ਦੀ ਡਿਊਟੀ, ਉਹ ਬਸ ਖੁਦ ਖਾਂਦਾ ਸੀ ਕਈ ਉਹਦੇ ਜਵੇ ਖੁਦ ਕਰ ਲਈ ਬਹੁਤ। ਇਹਨੇ ਉਹ ਜਾਦੇ ਬਾਰੇ ਜਾਣਕਾਰੀ ਦਿੱਤੀ ਸੀ? ਹਾਂਜੀ ਸਰ, ਜੀ ਬੈਠੇ ਮੈਂ ਸਾਹਿਬ ਨੂੰ ਜਾਣਕਾਰੀ ਦਿੱਤੀ ਸੀ, ਤਾਂ ਕਰਕੇ ਮੈਨੂੰ ਬਹੁਤ ਕੁੱਟਿਆ। ਸਾਡੇ ਸਬੂਤ ਸਾਰੇ ਜਿੰਨੇ ਵੀ ਤੁਸੀਂ ਕਹੋਗੇ ਸਾਡੇ ਜੀ, ਮੋਬਾਈਲ ਦਾ ਪੈਸੇ ਪਵਾਉਂਦਾ ਸੀਗਾ ਜੀ, ਸਾਰਾ ਕੁਛ ਕਰਦਾ ਸੀਗਾ ਜੀ। ਬਲਬਾਜੀ ਕਿਹੜਾ ਹੋਲਦਾ ਰਹੋ? ਇਹ ਚੱਕਰ ਹੋਲਦਾ ਰਹਾ ਜੀ ਪੱਠਲ। ਹਾਂਜੀ, ਬਹੁਤ ਕੁੱਟਿਆ ਸਰ ਜੀ ਮੈਨੂੰ, ਬਹੁਤ ਕੁੱਟਿਆ, ਕਹਿੰਦਾ ਭੈਣ ਚੋਲ ਮੇਰੇ ਘਰਦਾ ਤੱਕ ਵੀ ਗਿਆ ਜੀ ਉਹ। ਗਲਤੀ ਜੋ ਵੀ ਸਜ਼ਾ ਦੋਗੇ ਮੈਨੂੰ ਮਨਜ਼ੂਰ ਹੈ ਸਰ ਜੀ, ਕੋਈ ਵੀ ਮੁਲਾਜ਼ਮ ਕਹੇ ਕੋਈ ਵੀ ਕੁਛ ਕਹੇ ਸਰ ਜੀ, ਮੈਨੂੰ ਮਨਜ਼ੂਰ ਹੈ ਸਰ ਜੀ, ਜੋ ਵੀ ਤੁਸੀਂ ਸਜ਼ਾ ਦੋਗੇ ਮੈਨੂੰ ਮਨਜ਼ੂਰ ਹੈ। ਉੱਥੇ ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਹਵਾਲਾਤੀ ਬਿਜਲੀ ਦੀਆਂ ਤਾਰਾਂ ਦੇ ਨਾਲ ਛੇੜਛਾੜ ਕਰਕੇ ਗਰਮ ਪਾਣੀ ਦਾ ਯੰਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਇਸੇ ਦੌਰਾਨ ਇਸ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸ ਹੋਈ, ਇਸ ਨੇ ਪੁਲਿਸ ਅਧਿਕਾਰੀਆਂ ਦੇ ਉੱਪਰ ਹਮਲਾ ਕੀਤਾ ਤੇ ਉਹਨਾਂ ਦੀ ਵਰਦੀ ਤੱਕ ਪਾੜ ਦਿੱਤੀ, ਜਿੱਥੇ ਚੱਲਦੇ ਇਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਨਾਲ ਜੇਲ੍ਹ ਪ੍ਰਸ਼ਾਸਨ ਨੇ ਕੁੱਟਮਾਰ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਸਾਡੇ ਕੋਲ ਚਰਨੀ ਕੁਮਾਰ ਉਰਫ ਵਿਜੇ ਕੁਮਾਰ, ਸਾਨੂੰ ਵਿਜੇ ਕੁਮਾਰ ਬੰਦਾ ਸ਼ਰਾਬ ਦੇ ਕੇਸਾਂ ਵਿੱਚ ਬੰਦਾ, ਅਲੱਗ ਅਲੱਗ ਕੇਸ ਇਹਦੇ ਚੱਲਦੇ ਚਾਰ। ਕੱਲ ਸੁਬਹ ਜਦੋਂ ਮੁਲਾਜ਼ਮ ਇਹਦੀ ਬੈਰਕ ਚੈੱਕ ਕਰਨ ਗਿਆ ਤਾਂ ਇਹ ਤਾਰ ਲਾ ਕੇ, ਬਿਜਲੀ ਤਾਰ ਲਾ ਕੇ ਪਾਣੀ ਗਰਮ ਕਰ ਰਿਹਾ ਸੀ ਚਿਗਾੜ ਬਣਾ ਕੇ ਹੀਟਰ ਦਾ। ਮੁਲਾਜ਼ਮ ਨੇ ਰੋਕਿਆ ਤਾਰ ਇਹਦੀ ਲਈ, ਪਰ ਇਹ ਮੁਲਾਜ਼ਮ ਦੇ ਗਲ ਪੈ ਗਿਆ ਸਾਡੇ ਤੇ। ਸਾਡੀ ਡਿਊਟੀ ਹੈ ਵੀ ਕੋਈ ਵੀ ਬੰਦਾ ਕਰੰਟ ਨਾਲ ਨਾ ਲੱਗੇ ਕਿਸੇ ਨੂੰ, ਕੋਈ ਇਹੋ ਜਿਹੀ ਗੱਲ ਨਾ ਹੋਵੇ, ਪਰੰਤੂ ਇਹ ਬੰਦੇ ਨੇ ਮੁਲਾਜ਼ਮ ਦੇ ਗਲ ਪਿਆ, ਇਸ ਖਿਲਾਫ਼ ਅਸੀਂ ਪਰਚਾ ਵੀ ਦਰਜ ਕਰਵਾਇਆ। ਉਸ ਤੋਂ ਬਾਅਦ ਇਹ ਬੰਦਾ ਕਹਿੰਦਾ ਵੀ ਬੇਹੋਸ਼ ਹੋ ਗਿਆ, ਮੈਨੂੰ ਕੁੱਟਿਆ ਮਾਰਿਆ, ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈਗੀ। ਉਹ ਡਾਕਟਰ ਦੇਖ ਰਿਹਾ, ਰਿਪੋਰਟ ਆਊਗੀ, ਪਤਾ ਲੱਗ ਜੂ ਕੀ ਹੈਗਾ। ਇਹਦੇ ਸ਼ਰਾਬ ਦੇ 4 ਕੇਸ ਦਰਜ ਗਏ, ਇਹਦੇ ਜਾਣ ਬੁੱਝ ਕੇ ਸ਼ਿਕਾਇਤਾਂ ਕਰ ਰਹੇ ਆ, ਕੋਈ ਫੜਿਆ ਤੇ ਗਿਆ ਨਹੀਂ ਅੱਜ ਤੱਕ, ਮੁਲਾਜ਼ਮ ਨਾ ਇਹਨਾਂ ਨੇ ਫੜਵਾਇਆ ਕੋਈ, ਹਾਂ ਬੰਦਾ ਇਹ ਲੈ ਕੇ ਆ ਰਿਹਾ।
फिलहाल कैदी वालों पुलिस के उपर गंभीर इल्जाम लगाए जा रहे हैं, लेकिन जेल प्रशासन इन्होंने इल्जामों नकार रहा है। लोड़ है कि पूरे मामले की डूंगाई के नाल जांच की जाए ता जो पूरा सच सामने आ सके। बरनाला तो हिमांशु दुआ की रिपोर्ट।